ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀਆਂ ਹਨ। ਕਦੇ ਜੇਲ੍ਹਾਂ ਵਿੱਚੋਂ ਇਤਰਾਜ਼ਯੋਗ ਸਮਾਨ ਬਰਾਮਦ ਹੁੰਦਾ, ਕਦੇ ਲੜਾਈ ਝਗੜੇ ਜਾਂ ਫਿਰ ਕਦੇ ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ। ਹੁਣ ਸੁਰਖੀਆਂ ਵਿੱਚ ਆਈ ਹੈ ਕੇਂਦਰੀ ਜੇਲ੍ਹ ਫਿਰੋਜ਼ਪੁਰ, ਜਿੱਥੇ ਦੋ ਗੁੱਟਾਂ ਦਰਮਿਆਨ ਜੰਮ ਕੇ ਝੜਪ ਹੋਈ। ਇਸ ਦੌਰਾਨ ਦੋਵੇਂ ਗੁੱਟਾਂ ਵੱਲੋਂ ਇੱਕ ਦੂਜੇ ਉੱਤੇ ਇੱਟਾਂ ਰੋੜੇ ਚਲਾਏ ਗਏ। ਕਾਫੀ ਮੁਸ਼ਕਤ ਤੋਂ ਬਾਅਦ ਇਸ ਲੜਾਈ ਨੂੰ ਰੋਕਿਆ ਜਾ ਸਕਿਆ। ਇਸ ਦੌਰਾਨ ਜਦੋਂ ਕੈਦੀਆਂ ਦੀ ਤਲਾਸ਼ੀ ਲਈ ਗਈ ਤਾਂ ਇੱਕ ਕੈਦੀ ਕੋਲੋਂ ਤੇਜ਼ਧਾਰ ਹਥਿਆਰ ਤੇ ਮੋਬਾਈਲ ਫੋਨ ਬਰਾਮਦ ਹੋਇਆ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। कल राती सानू एक पत्र आया सी सरदार परमजीत सिंह गिल अपने एस पी सिक्योरिटी ने केंद्रीय जेल फिरोजपुर के उन्होंने पत्र मुताबक भी जेल के कुछ हवालाती आपस में झड़प हुई है तो इट्टा रोड़े भी चले ने तो जो उन्होंने छुड़ाने लिए उन्होंने कर्मचारी पैसको कर्मचारी गए तो उन्होंने एक हवालाती पासों एक तिखी चाकू वर्गी चीज़ और एक मोबाइल फोन बरामद होया ਜਿਹਦੇ ਸਬੰਧ ਵਿੱਚ ਪੱਤਰ ਦੇ ਆਧਾਰ 'ਤੇ ਪਰਚਾ ਦਰਜ ਹੋ ਗਿਆ ਅਧੀਨ ਧਾਰਾ 323 42 ਅਤੇ 52 ਏ ਪ੍ਰਿਜ਼ਨ ਐਕਟ ਦੇ ਤਹਿਤ ਅਤੇ ਬਾਕੀ ਅਗਲੀ ਕਾਰਵਾਈ ਚੱਲ ਰਹੀ ਹੈ। ਨਹੀਂ ਇਹ ਕੋਈ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਕੋਈ ਇਹੋ ਜਿਹੀ ਅਤੇ ਨਾ ਹੀ ਕੋਈ ਜ਼ਿਆਦਾ ਜ਼ਖਮੀ ਨੇ, ਮਾਮੂਲੀ ਝੜਪ ਹੋਈ ਸੀ ਅਤੇ ਬਸ ਕੁੱਲ 7 ਦੋਸ਼ੀ ਨੇ, ਸੱਤਾਂ ਹਵਾਲਾਤੀਆਂ ਦੇ ਪਰਚਾ ਦਰਜ ਹੋ ਚੁੱਕਿਆ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਛਾਣਬੀਣ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਗੱਲ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਹਥਿਆਰ ਅਤੇ ਮੋਬਾਈਲ ਕਿਵੇਂ ਪਹੁੰਚੇ। ਬਿਊਰੋ ਰਿਪੋਰਟ, ਦਾ ਪੋਲੀਟੀਕਲ ਐਜ।